ਸਾਰੇ ਸ਼ਹਿਰ ਚ 11 ਵਜੇ ਜਿਹੜੇ ਜਿਹੜੇ ਵਾਰਡ ਚ ਮੁਸ਼ਕਲ ਹੈ ਉੱਥੇ ਧਰਨੇ ਲੱਗਣਗੇ। ਜੇ ਸਰਕਾਰ ਨੇ ਕੁਝ ਠੀਕ ਹੈ ਵਧੀਆ ਕਰਤੀ ਤਾਂ ਇਹ ਧਰਨੇ ਪੋਸਟਪੋਨ ਹੋਣਗੇ। ਨਹੀਂ 7 ਤਰੀਕ 7 ਅਗਸਤ ਨੂੰ ਸਵੇਰੇ 11 ਵਜੇ ਆਪਦੇ ਮੇਨ ਚੌਂਕਾਂ ਤੇ ਸਾਰੇ ਵਾਰਡਾਂ ਚ ਪੁਆਇੰਟ ਤੁਸੀਂ ਫਿਕਸ ਕਰ ਲੈਣੇ। ਸਾਰੇ ਵਾਰਡਾਂ ਚ ਸਵੇਰੇ 11 ਵਜੇ ਸਾਰੇ ਸ਼ਹਿਰ ਚ 7 ਅਗਸਤ ਨੂੰ ਧਰਨੇ ਲੱਗਣਗੇ। ਮੈਂ ਬੇਨਤੀ ਧੰਨਵਾਦ ਕਰਦਾ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਦਾ, ਧਾਰਮਿਕ ਸਮਾਜਿਕ ਸਮੇਤ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ। 7 ਅਗਸਤ 2019 ਤੱਕ ਅਸੀਂ ਵੇਟ ਕਰਾਂਗੇ ਮਹਿਕਮੇ ਦੀ ਸਰਕਾਰ ਦੀ। ਜੇ ਤਾਂ ਇਹਨਾਂ ਨੇ ਕੋਈ ਕਾਰਵਾਈ ਸ਼ੁਰੂ ਕਰਤੀ, ਕੋਈ ਸਫਾਈ ਦਾ ਕੰਮ ਸ਼ੁਰੂ ਕਰਤਾ, ਲੋਕਾਂ ਦੀ ਸੀਵਰੇਜ ਦੀ ਸਮੱਸਿਆ, ਜਿਹੜਾ ਸੀਵਰੇਜ ਦੀ ਗੰਦਗੀ ਉਹਨਾਂ ਦੇ ਬਾਹਰ ਅੱਜ ਖੜੀ ਹੈ, ਜੇ ਉਹਨੂੰ ਦੂਰ ਕਰਨ ਦਾ ਇਹਨਾਂ ਨੇ ਕੋਈ ਉਪਰਾਲਾ ਕੀਤਾ 7 ਅਗਸਤ ਤੱਕ ਦਾ, ਤਾਂ ਅਸੀਂ ਨਹੀਂ ਧਰਨਾ ਲਾਵਾਂਗੇ। ਨਹੀਂ 7 ਅਗਸਤ ਨੂੰ ਸਾਰੇ ਸ਼ਹਿਰ 'ਚ ਵੱਖ ਵੱਖ ਵਾਰਡਾਂ 'ਚ ਹੈ ਜਿਹੜੇ ਉਹ ਧਰਨੇ ਲੋਕਾਂ ਵੱਲੋਂ ਲਾਏ ਜਾਂਦੇ। ਗਾਉਣ ਦੀ ਇੱਥੇ ਮੁਹਿੰਮ ਸ਼ੁਰੂ ਕੀਤੀ ਹੈ, ਕਿਉਂਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਸੀਵਰੇਜ ਸ਼ੁਰੂ ਨਾ ਕਰਵਾਈ ਗਈ ਤਾਂ ਇਹ ਸਾਰਾ ਸ਼ਹਿਰ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਏਗਾ, ਔਰ ਇਸ ਦੀ ਪੂਰੀ ਪੂਰੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੇ ਪ੍ਰਸ਼ਾਸਨ ਦੀ ਹੈ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਪਾਰਟੀ ਵੱਲੋਂ ਕਿ ਇਸ ਨਿਜਾਤ ਨੂੰ ਜਲਦੀ ਤੋਂ ਜਲਦੀ ਇਸ ਸ਼ਹਿਰ ਦੀ ਨਿਜਾਤ ਨੂੰ ਦਵਾਈ ਜਾਵੇ, ਇਹਨੂੰ ਸਮੱਸਿਆ ਨੂੰ, ਗੰਭੀਰ ਸਮੱਸਿਆ ਨੂੰ। ਨਹੀਂ ਤਾਂ ਇਹਦੇ ਗੰਭੀਰ ਸਿੱਟੇ ਨਿਕਲਣਗੇ ਔਰ ਸਾਰਾ ਸ਼ਹਿਰ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ 'ਤੇ ਉਤਰੇਗਾ। ਇਹਨੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਜੈ ਹਿੰਦ, ਜੈ ਭਾਰਤ।